ਸਸਿਕਾ ਜੀ ਆਪਾਂ ਬੈਠਿਆ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌਰ ਮੈਨੇਜਿੰਗ ਡਾਇਰੈਕਟਰ ਮੈਡਮ ਰਿਚਪਨੇ ਸਰ ਗੱਲ ਜੀ ਇਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਟੂਰਨਾਮੈਂਟ ਹੋਇਆ ਨੈਸ਼ਨਲ ਕਬੱਡੀ ਨੈਸ਼ਨਲ ਦਾ ਨੈਸ਼ਨਲ ਲੈਵਲ ਦਾ ਸੋ ਸਭ ਤੋਂ ਪਹਿਲਾਂ ਤਾਂ ਮੈਮ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸੋ ਮੈਮ ਜੀ ਅੱਛੇ ਤਰੀਕੇ ਦੇ ਨਾਲ ਨੇਪਰੇ ਚੜਿਆ ਟੂਰਨਾਮੈਂਟ ਬਿਲਕੁਲ ਫੇਅਰ ਹੋਈ ਆਫ ਸ਼ਟਿੰਗ ਹੋਈ ਹੈ ਜੀ ਔਰ ਸਟਾਫ ਦਾ ਪ੍ਰਿੰਸੀਪਲ ਸਰ ਦਾ ਤੁਹਾਡਾ ਮੈਨੇਜਮੈਂਟ ਦਾ ਬੜਾ ਹੀ ਅੱਛਾ ਉਪਰਾਲਾ ਬੜਾ ਵਧੀਆ ਰੋਲ ਸੀ ਔਰ ਬੜੇ ਹੀ ਸਟੱਜੇ ਢੰਗ ਦੇ ਨਾਲ ਜਿਹੜੀ ਇਹ ਟੂਰਨਾਮੈਂਟ ਸੰਪੂਰਨ ਹੋਇਆ ਕਿਉਂਕਿ ਅਸੀਂ ਤਾਂ ਟੂਰਨਾਮੈਂਟ ਤੇ ਜਾਂਦੇ ਹੀ ਰਹਿੰਦੇ ਆ ਅਕਸਰ ਕਿਤੇ ਨਾ ਕਿਤੇ ਥੋੜੀ ਬਹੁਤੀ ਕਮੀ ਪੇਛੀ ਰਹਿ ਜਾਂਦੀ ਹੈ ਜਾਂ ਲੜਾਈ ਝਗੜਾ ਹੋ ਜਾਂਦਾ ਹੈ ਕਈ ਵਾਰ ਖਾਣੇ ਦੇ ਵਿੱਚ ਕੋਈ ਪ੍ਰੋਬਲਮ ਹੋ ਜਾਂਦੀ ਹੈ ਹਰ ਇੱਕ ਪੱਖ ਤੋਂ ਅਸੀਂ ਬਾਕੀਆਂ ਦੀ ਵੀ ਗੱਲਬਾਤ ਕੀਤੀ ਹੈ ਬਾਕੀ ਸਟੇਟਾਂ ਦੇ ਨਾਲ ਸਭ ਨੇ ਬਹੁਤ ਤਾਰੀਫ ਕੀਤੀ ਇਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਅੱਗੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਟੂਰਨਾਮੈਂਟ ਬਾਰੇ ਵੀ ਕਿਵੇਂ ਤੁਸੀਂ ਤੁਹਾਨੂੰ ਇਹ ਟੂਰਨਾਮੈਂਟ ਮਿਲਿਆ ਔਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਨਾਲ ਦੀ ਤਿਆਰੀ ਵਿੜੀ ਹੋਏ। ਸ੍ਰੀ ਇਹ ਤਾਂ ਸਾਡੀ ਖੁਸ਼ਕਿਸਮਤੀ ਹੋ ਸਕਦੀ ਹੈ ਕਿ ਸਾਨੂੰ ਕਾਉਂਸਲ ਵੱਲੋਂ ਇਹ ਚਾਂਸ ਮਿਲਿਆ ਕਿ ਅਸੀਂ ਟੂਰਨਾਮੈਂਟ ਹੋਸਟ ਕਰੀਏ। ਜੀ। ਨੈਸ਼ਨਲ ਸਾਡੇ ਇੰਡੀਆ ਦੂਜੀ ਵਾਰੀ ਹੋਸਟ ਹੋ ਰਿਹਾ ਹੈ। ਆ ਗਰਲਸ ਟਾਈਟਸ ਯਵਰ ਨੋ ਤੇ ਦੂਜਾ ਹੀ ਸਾਨੂੰ ਓਪਰਚ्युनिटी ਮਿਲੀ ਸੀ ਹੋਸਟ ਕਰੀਏ ਸਾਡੇ ਲਈ ਬਹੁਤ ਵੱਡੀ ਓਪਰਚ्युनिटी ਸੀਗੀ ਸਾਡੇ ਸਕੂਲ ਲਈ ਸਾਡੇ ਸਟਾਫ ਲਈ ਬਹੁਤ ਵੱਡਾ ਓਪਰਚ्युनिटी ਸੀਗਾ ਕਿ ਅਸੀਂ ਆਪਣੇ ਆਊਟਕਮਸ ਅਸੀਂ ਆਪਣੇ ਅਕੈਡੈਮਿਕ ਫਰਾਂਟਿਆਸੀ ਆਪਣੇ ਕੋ ਕਰਿਕੂਲਰਸ ਅੱਗੇ ਦਿਖਾਈਏ ਪੈਨ ਇੰਡੀਆਸ ਦਿਖਾਈਏ ਕਿ ਅਸੀਂ ਕੀ ਹੋਸਟ ਕਰ ਸਕਦੇ ਆ ਅਸੀਂ ਕਿਸ ਲੈਵਲ ਦੇ ਪ੍ਰੋਗਰਾਮ ਹੋਸਟ ਕਰ ਸਕਦੇ ਆ ਜੀ ਜੀ ਇਸ ਸਰ ਸਿਰਫ ਇੱਕ ਦਾ ਯੋਗਦਾਨ ਨਹੀਂ ਹੁੰਦਾ ਇਹ ਪੂਰੀ ਟੀਮ ਦਾ ਯੋਗਦਾਨ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਅ ਮੇਰੇ ਸਾਡੇ ਚੇਅਰਮੈਨ ਸਰ ਸਰਦਾਰ ਦਰਸ਼ਨ ਸਿੰਘ ਜੀ ਨੇ ਹਮੇਸ਼ਾ ਕਿਹਾ ਹੈ ਕਿ ਇੱਕ ਫੈਮਲੀ ਹੈ ਇੱਕ ਆਰਮੀ ਹੈ ਜਿੱਦਾਂ ਆਪਾਂ ਯੂਜ਼ ਕਰਦੇ ਆ ਤੇ ਇਹ ਆਰਮੀ ਦੀ ਤਰ੍ਹਾਂ ਅਸੀਂ ਵਰਕ ਕੀਤਾ ਹੈ ਤੇ ਟਾਈਮ ਸਾਨੂੰ ਜਦ ਦਾ ਸਾਨੂੰ ਪਤਾ ਲੱਗਿਆ ਕਿ ਕਾਉਂਸਲ ਨੇ ਸਾਨੂੰ ਇਲੈਕਟ ਕੀਤਾ ਅਸੀਂ ਤਾਦੀ ਤਿਆਰੀ ਕਰ ਰਹੇ ਆ ਇਹਦੇ ਪਿੱਛੇ ਬਹੁਤ ਲੰਬਾ ਸਮੇਂ ਚੱਲਿਆ ਹੈ ਔਰ ਫੂਡ ਪ੍ਰੈਪਰੇਸ਼ਨਸ ਗਰਾਊਂਡ ਪ੍ਰੈਪਰੇਸ਼ਨਸ ਅਮ ਸਟਾਫ ਪ੍ਰੈਪਰੇਸ਼ਨਸ ਬਹੁਤ ਕੁਝ ਅਸੀਂ ਲਿਸਟਿੰਗ ਬਣੀਆਂ ਨੇ ਫਿਰ ਟੀਮ ਸਿਲੈਕਟ ਹੋਏ ਨੇ ਫਿਰ ਉਹਨਾਂ ਦੀ ਡਿਊਟੀਆਂ ਲੱਗੀਆਂ ਨੇ ਇਹ ਬਹੁਤ ਲੰਬਾ ਪ੍ਰੋਸੀਜਰ ਹੈ ਤੇ ਅੱਜ ਮੈਂ ਬਹੁਤ ਖੁਸ਼ੀ ਨਾਲ ਇਹ ਕਹਿ ਸਕਦੀਆਂ ਕਿ ਜੋ ਜੋ ਅਸੀਂ ਪਲਾਨ ਕੀਤਾ ਸੀ ਉਹ ਸਭ ਬਿਲਕੁਲ ਹੋ ਤੈ ਹੋਇਆ ਬਿਲਕੁਲ ਬਿਲਕੁਲ ਅੱਛਾ ਜਿਹੜੇ ਮੈਟ ਨੇ ਮੈਮ ਆਪਣੇ ਖੁਦ ਦੇ ਨੇ ਸਕੂਲ ਦੇ ਜੀ ਹਾਂ ਜੀ ਖੁਦ ਦੇ ਨੇ ਇਹ ਵੀ ਬਹੁਤ ਵੱਡੀ ਤੁਹਾਡੀ ਅਚੀਵਮੈਂਟ ਹੈ ਕਿਉਂਕਿ ਜੀ ਇਹ ਕਿਤੇ ਵੀ ਇੱਕ ਜਿਆਦਾਤਰ ਜਿਆਦਾ ਸਕੂਲਾਂ ਦੇ ਵਿੱਚ ਕਿਸੇ ਜਿਹੜੇ ਜਿਆਦਾ ਸਪੋਰਟਸ ਨੂੰ ਲਾਈਕ ਕਰਦੇ ਆ ਉਹ ਤੋਂ ਇੱਕ ਇੱਕ ਗਰਾਊਂਡ ਦੇ ਲਈ ਮਾਈਟ ਹੁੰਦੇ ਨੇ ਤੇ ਤੁਸੀਂ ਤਿੰਨ ਲਗਾ ਰੱਖਿਆ ਔਰ ਲਗਭਗ ਇੰਡੋਰ ਵਾਲਾ ਕੰਮ ਸੀਗਾ ਕੋਈ ਧੁੱਪ ਨਹੀਂ ਸੀ ਬੱਚਿਆਂ ਨੂੰ ਕੋਈ ਗਰਮੀ ਨਹੀਂ ਸੀ ਮੈਨੂੰ ਉਸ ਦੀ ਆ ਪੱਖੇ কুলਰ ਸਭ ਚੱਲ ਰਿਆ ਸੀ ਪਾਣੀ ਸਭ ਨੂੰ ਸਪਲਾਈ ਹੋ ਰਿਹਾ ਸੀ ਬੈਠਿਆਂ ਨੂੰ ਜੀ ਚਾਹ ਵਗੈਰਾ ਔਰ ਖਾਣਾ ਕਹਿੰਦੇ ਸੀ ਬੜਾ ਅੱਛਾ ਸਾਰੇ ਹੀ ਤਾਰੀਫ ਕਰ ਰਹੇ ਸੀ ਥੈਂਕ ਯੂ ਜੀ ਥੈਂਕ ਯੂ ਔਰ ਬਾਕੀ ਸਟਾਫ ਦਾ ਤੁਹਾਡੇ ਦਾ ਬਹੁਤ ਵੱਡਾ ਇਹਦੇ ਵਿੱਚ योगदान ਤੁਸੀਂ ਵੀ ਕਹਿ ਰਹੇ ਹੋ ਸਾਨੂੰ ਵੀ ਦਿਖ ਰਿਹਾ ਸੀ ਕਿਉਂਕਿ ਜਿਹਦੀ ਵੀ ਜਿੱਥੇ ਵੀ ਡਿਊਟੀ ਲੱਗੀ ਸੀ ਬੜੀ ਅੱਛੀ ਨਿਵਾ ਰਹੇ ਸੀ ਔਰ ਕਲਾਸ 4 ਨੇ ਵੀ ਬਹੁਤ ਵਧੀਆ ਉਹਨਾਂ ਦਾ ਸਹਿਯੋਗ ਰਿਹਾ ਤੇ ਆਉਣ ਵਾਲੇ ਫਿਊਚਰ ਮੈਮ ਤੋਂ ਦਾ ਕੀ ਪਲਾਣਾ ਖੇਡਾਂ ਨੂੰ ਲੈ ਕੇ ਅਸੀਂ ਹਮੇਸ਼ਾ ਸਾਡੇ ਸਕੂਲ ਦਾ ਇੱਕ Aim ਰਹਿੰਦਾ ਹੈ ਕਿ ਅਸੀਂ ਕਰਿਕੂਲਰਸ ਨੂੰ ਬਹੁਤ ਜ਼ਿਆਦਾ ਐਡਵਾਂਟੇਜ ਦਈਏ ਬਹੁਤ ਜ਼ਿਆਦਾ ਪ੍ਰੀਫਰੈਂਸ ਦਈਏ ਅਕੈਡਮਿਕਸ ਸਾਡੇ ਉਦੋਂ ਹੀ ਬਹੁਤ ਟਾਪ ਹੈ ਸਾਡੇ ਜਿਹੜੇ ਬੱਚੇ ਨੇ ਉਹ ਬਹੁਤ ਐਕਸਲੈਂਸ ਕਰਦੇ ਨੇ ਅਕੈਡਮਿਕਸ 10 ਦਾ ਰਿਜ਼ਲਟ ਦੇਖ ਲੋ ਤੁਸੀਂ ਪਲੱਸ 2 ਦਾ ਰਿਜ਼ਲਟ ਦੇਖ ਲੋ ਹਮੇਸ਼ਾ 90 90 ਉਤੋਂ ਹੀ ਨੰਬਰ ਆਉਂਦੇ ਰਹੇ ਸਾਡਾ ਮੇਨ ਨੇਮ ਰਹਿੰਦਾ ਕਿ ਅਸੀਂ ਕ curriculur ਨਾਲ ਵੀ ਜਾਈਏ ਜੇ ਤੁਸੀਂ ਸਾਡੇ ਸਕੂਲ ਦੀ ਹਿਸਟਰੀ ਦੇਖੋ ਤੇ ਸਾਡੇ ਬੱਚਿਆਂ ਨੇ ਨੈਸ਼ਨਲ ਰੀਜਨਲ ਜਿੱਤੇ ਨੇ ਨੈਸ਼ਨਲ ਕਬੱਡੀ ਦੇ ਜਿਹੜੇ ਬॉयਜ਼ ਦੇ ਟੂਰਨਾਮੈਂਟਸ ਹੋਏ ਨੇ ਅੰਡਰ 19th ਅੰਡਰ 17 ਉਹਨਾਂ ਨੇ ਫਰਸਟ ਤੇ ਸੈਕੰਡ ਪੋਜੀਸ਼ਨ ਵੀ ਹਾਸਲ ਕੀਤਾ ਇਹ ਵੀ ਸਾਡੇ ਸਕੂਲ ਲਈ ਬਹੁਤ ਵੱਡੀ ਅਚੀਵਮੈਂਟ ਹੈ ਤੇ ਆਉਣ ਵਾਲੇ ਟਾਈਮ ਕਿ ਤੁਸੀਂ ਇਹ ਹੀ ਸਾਡੀ ਉਮੀਦ ਰੱਖੋਗੇ ਕਿ ਅਸੀਂ ਹੋਰ ਨੈਸ਼ਨਲਸ ਹੋਸਟ ਕਰੀਏ ਸਾਡੇ ਬੱਚੇ ਹੋਰ ਸਿਲੈਕਟ ਹੋਣ ਤੇ ਦੇਸ਼ ਦਾ ਹੋਰ ਨਾਮ ਸਾਡੇ ਵੱਲੋਂ ਰੌਸ਼ਨ ਕੀਤਾ ਜਾਏ ਬਿਲਕੁਲ ਤੁਸੀਂ ਡਿਜ਼ਰਵ ਵੀ ਕਰਦੇ ਹੋ ਜੀ ਮੈਂ ਸੁਭਾ boxing ਰਿੰਗ ਦੇ ਵਿੱਚ ਗਿਆ ਸੀ ਉੱਥੇ ਵੀ ਸਰ ਕਰਵਾ ਰਹੇ ਸੀ ਮੈਂ ਪ੍ਰੈਕਟਿਸ ਬੜਾ ਅੱਛਾ ਲੱਗਿਆ ਮੈਨੂੰ ਮੈਂ ਗੇੜਾ ਦਿੱਤਾ ਸਾਰੇ ਕਿੰਨੇ ਏਕੜ ਦੇ ਵਿੱਚ ਮੈਂ ਆਪਣਾ ਸਕੂਲ ਹੈ ਸਰ ਅਬਾਊਟ 50 ਏਕਰਸ 15 ਏਕਰਸ 15 ਏਕਰਸ ਠੀਕ ਹੈ ਜੀ ਤੇ ਬਾਕੀ ਮੈਮ ਤੁਸੀਂ ਸਪੋਰਟਸ ਦੇ ਵਿੱਚ ਜਿੱਦਾਂ ਸਪੋਰਟਸ ਟੀਚਰ ਤੁਹਾਡੇ ਕੋਲ ਕਿੰਨੇ ਨੇ ਕਿੰਨੇ ਹਾਇਰ ਕੀਤੇ ਹੋਏ ਨੇ ਸਕੂਲ ਵੱਲੋਂ ਅ ਸਰ ਸਾਡੇ ਅਬਾਊਟ 5 15 ਟੀਚਰਸ ਨੇ ਜਿਹੜੇ ਸਪੋਰਟਸ ਦੇ ਨੇ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਆਫ ਟੀਚਰਸ ਨੇ ਕਈ ਕਵਿਡਿਟੀ ਟੀਚਰਸ ਨੇ ਕੋਈ ਬਾਸਕਟਬਾਲ ਕਰਾਣੇ ਨੇ ਕੋਈ ਫੁੱਟਬਾਲ ਕਰਾਉਂਦੇ ਨੇ ਕੋਈ ਬਾਸਕਟਬਾਲ ਕਰਾਉਂਦੇ ਨੇ ਹਰ ਇੱਕ ਕੈਟੇਗਰੀ ਦੀ ਪ੍ਰੋਫੈਸ਼ਨਲ ਟੀਚਰਸ ਨੇ ਸਰ ਪ੍ਰੋਪਰਿ ਕ੍ਰਾਈਟੇਰੀਆ ਦੇ ਥਰੂ ਇਹਨਾਂ ਦੀ ਹਾਇਰਿੰਗ ਹੁੰਦੀ ਹੈ ਇਹਨਾਂ ਦੇ ਪ੍ਰੋਪਰ ਇਹਨਾਂ ਦੀ এডੂਕੇਸ਼ਨ ਕੁਆਲੀਫਿਕੇਸ਼ਨ ਦੇਖਿਆ ਜਾਂਦੀਆਂ ਨੇ ਫਿਰ ਇਹਨਾਂ ਨੂੰ ਹਾਇਰ ਕੀਤਾ ਜਾਂਦਾ ਹੈ ਤੇ ਸਰ ਮੋਸਟਲੀ ਜਿਹੜੇ ਸਾਡੇ სპੋਰਟਸ ਟੀਚਰਸ ਸਾਡੇ ਨਾਲ ਐਸੋਸੀਏਟਿਡ ਨੇ ਉਹ ਅੱਜ ਦੇ ਨਹੀਂ ਉਹ ਕਾਫੀ ਸਮੇਂ ਤੋਂ ਸਮੇਂ ਨਾਲ ਜੁੜੇ ਹੋਣੇ ਉਹ ਉਹ ਕਾਫੀ ਲੰਬਾ ਸਮਾਂ ਜੋ ਟੀਚਰ ਇੱਕ ਸਕੂਲ ਦੇ ਵਿੱਚ ਕਿਤੇ ਦਾ ਜੀ ਸਰ ਤਾਂ ਉਹ ਕਹ ਲੋ ਕਿ ਸਕੂਲ ਅੱਛਾ ਹੀ ਮੰਨਿਆ ਜਾਂਦਾ ਉਹ ਬਿਲਕੁਲ ਸਰ ਮੈਨੇਜਮੈਂਟ ਅੱਛੀ ਮੰਨੀ ਜਾਂਦੀ ਹੈ ਪ੍ਰਿੰਸੀਪਲ ਕਿਉਂਕਿ ਨਹੀਂ ਜਦੋਂ ਕਿਤੇ ਥੋੜਾ ਬਰਡਨ ਜ਼ਿਆਦਾ ਹੁੰਦਾ ਕਈ ਜਗ੍ਹਾ ਤੇ ਵੈਸੇ ਹੀ ਲੈਗ ਪੁਲਿੰਗ ਵਗੈਰਾ ਹੋਗੀ ਬਰਡਨ ਜ਼ਿਆਦਾ ਹੁੰਦਾ ਹੈ ਮੈਂਟਲੀ ਹਰਾਸ਼ਮੈਂਟ ਹੁੰਦੀ ਹੈ ਕੋਈ ਛੁੱਟੀ ਨਹੀਂ ਮਿਲਦੀ ਹਨਾ ਜੀ ਜਦੋਂ ਕਿਸੇ ਨੂੰ ਕੋਈ ਸਮਾਂ ਹੁੰਦਾ ਕਈ ਵਾਰੀ ਬਿਮਾਰ ਹੋ ਜਾਂਦਾ ਕੋਈ ਟੀਚਰ ਜਾਂ ਘਰੇ ਕੋਈ ਫੈਮਿਲੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਮੈਂ ਇੱਕ ਐਜ਼ ਅ ਟੀਚਰ ਮੈਂ ਵੀ ਮੈਮ ਤੋ ਇਸ ਮਸਿਆਮਾ ਬੜੀਆਂ ਫੇਸ ਕਰਨੀਆਂ ਪੈਂਦੀਆਂ ਨੇ ਬਟ ਮੈਂ ਇੱਥੇ ਦੇਖਿਆ ਆਪਣਾ ਸਟਾਫ ਸਾਰਾ ਰਿਲੈਕਸ ਸੀ ਜੀ ਕੰਮ ਕਰ ਰਿਹਾ ਸੀ ਰਿਲੈਕਸ ਸੀ ਅਗਰ ਉਹ ਮੈਂਟਲੀ ਰਿਲੈਕਸ ਰਹਿਣਗੇ ਤਾਂ ਫਿਜ਼ੀਕਲੀ ਕੰਮ ਜ਼ਿਆਦਾ ਕਰ ਬਿਲਕੁਲ ਸਿਰ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਸਟਾਫ ਨੂੰ ਰਿਲੈਕਸੇਸ਼ਨ ਵੀ ਦਈਏ ਅਮ ਫਾਰ ਐਗਜ਼ਾਮਪਲ ਜੇ ਅਸੀਂ ਕੋਈ ਇਵੈਂਟ ਕਰਦੇ ਆ ਸਾਡੇ ਕੁਝ ਟਾਈਮ ਪਹਿਲਾਂ ਅਸੀਂ ਕੁਝ ਥੀਮ ਦਾ ਇਵੈਂਟ ਆਰਗੇਨਾਈਜ਼ ਕੀਤਾ ਸੀਗਾ ਉਸ ਵੇਲੇ ਅਸੀਂ ਅਮ ਇਨਾਂ ਨੇ ਜੇ ਹਾਰਡ ਵਰਕ ਕੀਤਾ ਇਨਾਂ ਨੇ ਇਵੈਂਟ ਆਰਗੇਨਾਈਜ਼ ਕਰਾਇਆ ਤਾਂ ਅਗਲੀ ਸੀ ਆਫ ਕਰਤਾ ਸਾਨੂੰ ਲੱਗਦਾ ਹੈ ਕਿ ਟੀਚਰਸ ਜਿਹਨਾਂ ਹਾਰਡਵਰਕ ਕਰਦੇ ਨੇ ਨਾ ਉਹ ਡਿਸਰਵ ਕਰਦੇ ਨੇ ਨਾ ਕਿ ਉਹਨਾਂ ਨੂੰ ਰਿਲੈਕਸੇਸ਼ਨ ਕਰਨ ਦਾ ਟਾਈਮ ਮਿਲੇ ਇੱਕ ਦਿਨ ਉਹ ਆਪਣੇ ਆਪ ਨੂੰ ਵੀ ਦੇਣ ਤੇ ਇਹ ਸਰ ਗਿਵਨ ਟੇਕਅ ਉਹ ਸਾਡੇ ਲਈ ਇੰਨਾ ਹਾਰਡਵਰਕ ਕਰ ਰਹੇ ਨੇ ਤਾਂ ਸਾਡਾ ਫਰਜ਼ ਆਉਂਦਾ ਕਿ ਅਸੀਂ ਉਹਨਾਂ ਲਈ ਵੀ ਕੁਝ ਕਰੀਏ ਜੀ 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 ਤੇ ਸਰ ਸਾਡੇ ਬਹੁਤ ਸਾਰੇ ਟੀਚਰਸ ਨੇ ਜੋ ਜਦੇ ਸਕੂਲ ਬਣਿਆ ਸੀ ਤਦ ਤੋਂ ਐਸੋਸੀਏਟਿਡ ਨੇ ਸਾਡੇ ਵੈਰੀ ਗੁੱਡ ਬੜਾ ਪਲੱਸ ਪੁਆਇੰਟ ਹੈ ਇਹ ਪੇਰੈਂਟਸ ਤੇ ਵੀ ਬੜਾ ਅੱਛਾ ਇਫੈਕਟ ਜਾਂਦਾ ਕਿਉਂਕਿ ਜਦੋਂ ਪੀਟੀਐਮ ਵਗੈਰਾ ਹੁੰਦੀ ਹੈ ਕਈ ਸਕੂਲ ਜਿਹੜੇ ਛੋਟੇ ਲੈਵਲ ਦੇ ਸਕੂਲ ਹੁੰਦੇ ਆ ਪੀਟੀਐਮ ਹੁੰਦੀ ਆ ਨੈਕਸਟ ਟਾਈਮ ਟੀਚਰ ਉਹ ਪੁਰਾਣੇ ਲੱਭਦੇ ਹੀ ਨਹੀਂ ਹੈਗੇ ਜੀ ਸਰ ਇਸ ਨਵੇਂ ਕਰ ਰਹੇ ਹੁੰਦੇ ਨੇ ਤਾਂ ਫਿਰ ਉੱਥੇ ਉਹ ਬੜਾ ਇਫੈਕਟ ਪੈਂਦਾ ਮੈਮ ਸਟਰੈਂਥ ਪੁੱਛਣੀ ਚਾਹਣਾ ਮੈਂ ਕਿੰਨੀ ਹੈ ਸਿਰਬਾਉਟ 2200 ਦੀ ਸਟਰੈਂਥ ਹੈ ਸਾਡੀ ਜੀ ਜੀ ਤੇ ਪਲੱਸ 2 ਤੱਕ ਹੈ ਸਾਡਾ ਸਕੂਲ ਆਲ 3 ਸਟਰੀਮਸ ਹੈਗੀਆਂ ਨੇ ਠੀਕ ਹੈ ਜੀ ਤੇ ਸਪੋਰਟਸ ਟੀਚਰ ਨੂੰ ਤੁਸੀਂ ਕੀ ਮੰਨਦੇ ਹੋ ਸਕੂਲ ਦਾ ਸਰ ਸਿਰਫ ਸਪੋਰਟਸ ਟੀਚਰ ਨਹੀਂ ਸਰ ਇਹ ਮੇਰੀ ਸੋਚ ਹੈ ਕਿ ਹਰ ਇੱਕ ਟੀਚਰ ਇਸ ਕੋਚ ਇਕੁਅਲ ਇੰਪੋਰਟੈਂਟ ਹੈ ਜੀ ਉਪਾਵੇਂ ਅਕੈਡਮਿਕਸ ਹੋਏ ਜੀ ਉਪਾਵੇਂ სპੋਰਟਸ ਹੋਏ ਜੀ ਸੋ სპੋਰਟਸ ਟੀਚਰ ਵੀ ਇੱਕ ਇਕੁਅਲ ਰੋਲ ਪਲੇ ਕਰਦੇ ਨੇ ਇਦਾਂ ਨਹੀਂ ਆ ਕਿ ਜੋ ਅਕੈਡਮਿਕਸ ਮੈਥ ਸਾਇੰਸ ਉਹ ਪੜਾ ਰਹੇ ਨੇ ਉਹੀ ਇੰਪੋਰਟੈਂਟ ਨੇ ਉਹੀ ਬੱਚਾ ਅੱਗੇ ਜਾਊਗਾ ਸ ਤੁਹਾਨੂੰ ਨਹੀਂ ਪਤਾ ਹਨ ਨੂੰ ਨਹੀਂ ਪਤਾ ਕਿ ਇਸ ਕੁਛ ਖੇਡਣ ਵਾਲਾ ਕੋਈ სპੋਰਟਸ ਬੱਚਾ ਕੱਲ ਨੂੰ ਕਿਹੜਾ ਅਵਾਰਡ ਕਿਹੜਾ 올림픽ਸ ਕਿਹੜਾ ਨੈਸ਼ਨਲ ਜਿੱਤ ਰਿਹਾ ਹੈ ਤੇ ਸਪੋਰਟਸ ਟੀਚਰ ਵੀ ਸਰਡਲੀ ਇਕੁਅਲੀ ਇੰਪੋਰਟੈਂਟ ਉਹਨਾਂ ਦੀ ਵੀ ਇੰਪੋਰਟੈਂਸ ਹੁੰਨੀ ਆ ਜਿੰਨੇ ਸਾਡੇ ਦੂਜੇ ਟੀਚਰ ਦੂਜੇ ਇਹ ਇਹ ਮੈਨੂੰ ਅੱਛਾ ਲੱਗਿਆ ਤੁਹਾਡਾ ਕਿਉਂਕਿ ਕਾਫੀ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਡੀਪੀ ਟੀਚਰ ਨੂੰ ਬਹੁਤੀ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ ਹਾਲਾਂਕਿ ਸਪੋਰਟਸ ਟੀਚਰ ਜਿਹੜਾ ਹੁੰਦਾ ਉਹ ਸਕੂਲ ਦੀ ਬੈਕਬੋਨ ਹੁੰਦਾ ਜੀ ਬਿਲਕੁਲ ਸਪੋਰਟਸ ਟੀਚਰ ਦੇ ਬਿਨਾ ਤੁਸੀਂ ਸਕੂਲ ਨੂੰ ਅੱਗੇ ਨਹੀਂ ਵਧਾ ਸਕਦੇ ਆ ਮੈਨੂੰ ਲੱਗਿਆ ਤੁਹਾਡੇ ਕੋਲ ਜਿਹੜੀ ਸਟਰੈਂਥ ਹੈ ਅਕੈਡੈਮਿਕ ਬਾਰੇ ਤਾਂ ਚਲੋ ਮੈਨੂੰ ਬਹੁਤਾ ਨਹੀਂ ਪਤਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇਹ ਮੈਂ ਟੂਰਨਾਮੈਂਟ ਦੇਖ ਕੇ ਮੈਨੂੰ ਇਹ ਲੱਗ ਰਿਹਾ ਕਿ ਜਿਹੜੀ ਤੁਹਾਡੀ ਸਟਰੈਂਥ ਹੈ ਸਕੂਲ ਦੀ ਉਹ ਸਪੋਰਟਸ ਕਰਕੇ ਜ਼ਿਆਦਾ ਜੀ ਜਿਹੜੇ ਸਕੂਲਾਂ ਦੇ ਵਿੱਚ ਸਪੋਰਟਸ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤਾ ਜਾਂਦਾ ਹੈ ਅਕੈਡਮਿਕ ਤਾਂ ਹਰ ਇੱਕ ਦੇ ਵਿੱਚ ਕੋਸ਼ਿਸ਼ ਕਰਦੇ ਹੀ ਨੇ ਜੀ ਆ ਜੋ ਸਪੋਰਟਸ ਨੂੰ ਉੱਪਰ ਚੱਕਦੇ ਨੇ ਤਾਂ ਉੱਥੇ ਸਟਰੈਂਥ ਹਮੇਸ਼ਾ ਹੀ ਵਧ ਰਹੀ ਹੁੰਦੀ ਹੈ ਤੇ ਮੈਨੂੰ ਇਹ ਵੀ ਵਧੀਆ ਲੱਗਿਆ ਕਿ 2000 ਦੇ ਅ ਪਲੱਸ ਸਟਰੈਂਥ ਹੈ ਤੇ ਉਹਦੇ ਅਕੋਰਡਿੰਗ ਤੁਸੀਂ ਜਿਹੜੇ ਸਪੋਰਟਸ ਟੀਚਰ ਰੱਖੇ ਹੋਏ ਨੇ ਜੀ 400 300 ਦੇ ਉੱਤੇ ਇੱਕ ਟੀਚਰ ਸਪੋਰਟਸ ਟੀਚਰ ਜ਼ਰੂਰੀ ਹੁੰਦਾ ਜੀ ਜੀ ਮਮ ਹੋਰ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਲਈ ਤੁਸੀਂ ਕੋਈ ਵੱਖਰਾ ਮੈਂ ਸੁਣਿਆ ਸੀ ਕੁਝ ਬਣਾ ਰਹੇ ਹੋ ਤੁਸੀਂ ਸ਼ੂਟਿੰਗ ਰਿੰਗ ਸਰ ਸ਼ੂਟਿੰਗ ਰਿੰਗ ਸੋ ਸ਼ੂਟਿੰਗ ਰਿੰਗ ਬਣਾ ਰਿਹਾ ਅ ਸ਼ੂਟਿੰਗ ਰਿੰਗ ਤੋਂ ਇਲਾਵਾ ਸਰ ਅਸੀਂ ਪਲੇ ਸਕੂਲ ਕਰ ਰਹੇ ਹਾਂ ਜੇ ਤੁਸੀਂ ਸਾਡੇ ਜਿੱਥੇ ਸਾਡੇ ਕਬੱਡੀ ਹੋ ਰਿਹਾ ਸੀਗਾ ਉਹਦੇ ਪਿੱਛੇ ਤੁਸੀਂ ਕੰਸਟਰਕਸ਼ਨ ਦੇਖੀ ਹੋਗੀ ਚੱਲ ਰਹੀ ਹੈ ਜੀ ਸਰ ਉਹ ਪਲੇ ਸਕੂਲ ਦੀ ਕੰਸਟਰਕਸ਼ਨ ਹੋ ਰਹੀ ਹੈ ਅਸੀਂ ਸਰ ਵਿੰਗਸ ਅਡ ਕਰਨ ਦੀ ਸੋਚਦੇ ਹਾਂ ਸਾਨੂੰ ਲੱਗਦਾ ਹੈ ਕਿ ਜਦ ਇੱਕ ਬੱਚਾ ਸਕੂਲ ਆਂਦਾ ਹੈ ਨਾ ਸਰ ਉਹਦਾ ਫਾਊਂਡੇਸ਼ਨ ਇਅਰ ਹੁੰਦਾ ਹੈ ਉਹ ਡੈਟ ਇਜ਼ ਫਰੋਂ ਵੇਅਰ ਉਹ ਲਰਨ ਕਰਨਾ ਸ਼ੁਰੂ ਕਰਦਾ ਹੈ ਤੇ ਜੇ ਬੱਚੇ ਨੂੰ ਸਪੈਸ਼ਲ ਅਟੈਂਸ਼ਨ ਦਿੱਤੀ ਜਾਵੇ ਬੱਚੇ ਸਰ ਇਸ ਦੇਸ਼ ਦਾ ਫਿਊਚਰ ਨੇ ਸਪੈਸ਼ਲ ਟੈਂਸ਼ਨ ਨਾਲ ਉਹ ਬੱਚੇ ਦੇ ਅੰਦਰ ਉਹ ਇਨਕਲਕੇਟ ਹੋਗਾ ਜਿਹੜੇ ਸ਼ਾਇਦ ਪੇਰੈਂਟਸ ਵੀ ਨਹੀਂ ਕਰ ਸਕਦੇ ਇਸ ਕਰਕੇ ਇੱਕ ਸਪੈਸ਼ਲ ਵਿੰਗ ਉਹਨਾਂ ਲਈ ਬਣਾਇਆ ਜਾ ਰਿਹਾ ਜਿਨ੍ਹਾਂ ਨੂੰ ਸਪੈਸ਼ਲ ਟੈਂਸ਼ਨ دی ਜਾਊਗੀ ਸਰ ਪਿੱਛੇ ਗਰਾਊਂਡ ਬਣਿਆ ਸਪੈਸ਼ਲ ਉਹ ਸਾਡੇ ਵਾਈਸ ਚੇਰਮਨ ਸਰ ਸਰਦਾਰ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਦਾ ਇਨੀਸ਼ੀਏਟਿਵ ਸੀਗਾ ਕਿ ਉਹਨਾਂ ਨੇ ਪਲੇ ਵਿਦ ਐ ਸਪੈਸ਼ਲ ਪਲੇਗਰਾਉਂਡ ਬਣਾਉਣਾ ਸਪੈਸ਼ਲ ਬੱਚਿਆਂ ਲਈ ਜਿੱਥੇ ਉਹਨਾਂ ਨੇ ਸਵਿੰਗਸ ਇਹੋ ਜਿਹੇ ਲਰਨਿੰਗ ਸਵਿੰਗਸ ਰੱਖੇ ਨੇ ਜਿਨ੍ਹਾਂ ਨਾਲ ਬੱਚੇ ਇੰਜੋਏ ਵੀ ਕਰਨਗੇ ਤੇ ਸਿੱਖਣਗੇ ਵੀ ਜੀ ਇਹ ਸਰ ਇੱਕ ਨਵਾਂ ਇਨੀਸ਼ੀਏਟਿਵ ਅਸੀਂ ਸਕੂਲ ਵੱਲੋਂ ਸ਼ੁਰੂ ਕੀਤਾ ਹੈ ਜਿਹੜੇ ਛੋਟੇ ਬੱਚਿਆਂ ਦੀ ਡਿਵੈਲਪਮੈਂਟ ਦੀ ਸਾਨੂੰ ਲੱਗਿਆ ਕਿ ਬਹੁਤ ਜ਼ਰੂਰੀ ਹੈ ਜੀ ਫਿਜ਼ੀਕਲੀ ਐਕਟੀਵਿਟੀ ਐਂਡ ਨਾਲ ਮੈਂਟਲੀ ਜੀ ਸਰ ਸਟਰੋਂਗ ਹੋ ਲੈ ਗਏ ਖੇਡਾਂ ਹੀ ਹੈ ਕਿਸ ਤਰ੍ਹਾਂ ਦੀਆਂ ਹੈ ਬੱਚੇ ਅੱਜਕੱਲ ਫੋਨਾਂ ਦੇ ਨਾਲ ਜਾਂ ਸੋਸ਼ਲ ਮੀਡੀਆ ਦੇ ਨਾਲ ਜ਼ਿਆਦਾ ਜੁੜ ਗਏ ਗਰਾਊਂਡਰ ਨਾਲ ਟੁੱਟ ਗਏ ਅੱਛਾ ਜੀ ਜਿਹੜਾ ਟੂਰਨਾਮੈਂਟ ਕਰਵਾਇਆ ਐਂਡ ਤੇ ਮੈਂ ਲਾਸਟ ਤੇ ਤੁਹਾਡੇ ਤੋਂ ਮੈਸੇਜ ਲੈਣਾ ਚਾਹੂੰਗਾ ਕਿ ਸਪੋਰਟਸ ਬਾਰੇ ਤੁਸੀਂ ਬਹੁਤ ਲੋਕ ਆਪਣੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨਵੀਂ ਜਨਰੇਸ਼ਨ ਨੂੰ ਕਿ ਉਹ ਹਿੱਡਾਂ ਦੇ ਨਾਲ ਜੁੜਨਾ ਜਾਂ ਜਿਵੇਂ ਨਸ਼ੇ ਦਾ ਦੌਰ ਚੱਲ ਰਿਹਾ ਹੈ ਉਹ ਕਿਸ ਤਰ੍ਹਾਂ ਉਹਨੂੰ ਆਪਾਂ ਨਵੀਂ ਪੀੜੀ ਨੂੰ ਕੱਢ ਸਕਦੇ ਹਾਂ ਸਰ ਉਹ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਪਰਸਨਲ ਚੋਇਸ ਹੁੰਦੀ ਹੈ ਜਿਹੜਾ ਨਸ਼ਾ ਹੈ ਉਹ ਤਾਂ ਜ਼ਿੰਦਗੀ ਖਰਾਬ ਹੈ ਬਟ ਜੇ ਤੁਸੀਂ ਸਪੋਰਟਸ ਵੱਲ ਨੂੰ ਜਾਂਦੇ ਹੋ ਤੁਸੀਂ ਸਪੋਰਟਸ ਵੱਲ ਨੂੰ ਆਪਣੀ ਲਾਈਫ ਲੈ ਕੇ ਜਾਂਦੇ ਹੋ ਇੱਕ ਤੁਸੀਂ ਨਿਊ 에ਰਾ ਸ਼ੁਰੂ ਕਰ ਰਹੇ ਹੋ ਤੁਸੀਂ ਇਨਸਪੀਰੇਸ਼ਨ ਦਿਨੋ ਜਿੱਦਾਂ ਸਰ ਅੱਜ ਆਪਾਂ ਕ ਕਬੱਡੀ ਅੰਡਰ ਗਰਲਸ ਦੀ ਕੀਤੀ ਸਰ ਉਹ ਇੱਕ ਇਨਸਪੀਰੇਸ਼ਨ ਸੀਗੀ ਦੁਨੀਆ ਦੀ ਹਰ ਇੱਕ ਕੁੜੀ ਲਈ ਕਿ ਤੁਸੀਂ ਵੀ ਇੱਥੇ ਆ ਕੇ ਇੱਕ ਇੱਕ ਨਵਾਂ ਆਪਣੇ ਲਈ ਅ ਜੈਂਡਾ ਸ਼ੁਰੂ ਕਰ ਸਕਦੇ ਹੋ ਇੱਕ ਆਪਣਾ ਨਾਮ ਰੋਸ਼ਨ ਕਰ ਸਕਦੇ ਹੋ ਇੰਨੇ ਲੋਕਾਂ ਨੇ ਸ਼ਾਇਦ ਕੋਸ਼ਿਸ਼ ਕੀਤੀ ਹੋਗੀ ਕਿ ਆਪਾਂ ਇੱਥੇ ਆ ਕੇ 16 19 ਜਾਂ 17 ਗਰਲਸ ਪਰਫਾਰਮ ਕਰੀਏ ਬਟ ਕੁਝ ਚੁਣਿੰਦਾ ਗਰਲਸ ਇੱਥੇ ਆਈਆਂ ਇਹ ਜਦ ਸਿਰ ਆਪਣੇ ਸਟੇਟ ਵਾਪਸ ਜਾਣੀ ਹੈ ਨਾ ਦਾ ਸਟੇਟ ਦਾ ਨਾ ਦਾ ਕਿੰਨਾ ਆਰਾਮ ਰੋਸ਼ਨ ਹੋਗਾ ਕਿ ਇਹਨਾਂ ਨੇ ਆਪਣੇ ਸਟੇਟ ਨੂੰ ਅੱਗੇ ਫਾਰਵਰਡ ਨਾਮ ਫਾਰਵਰਡ ਕਰਾਇਆ ਬਿਲਕੁਲ ਸਪੋਰਟਸ ਇੱਕ ਇਹੋ ਜੀ ਚੀਜ਼ ਹੈ ਸਰ ਆਈ ਥਿੰਕ ਹਰ ਕਿਸੇ ਨੂੰ ਆਪਣੀ ਲਾਈਫ ਚ ਇਨਕਲਕੇਟ ਕਰਨਾ ਚਾਹੀਦਾ ਹੈ ਜੀ ਜੀ ਕੀ ਪਤਾ ਕੀ ਦਾ ਲੱਕ ਕੰਮ ਕਰ ਜਾਏ ਤੇ ਕੌਣ ਇੰਡੀਆ ਲਈ ਖੇਲ ਖੇਲ ਜੇ ਤੇ ਇੰਡੀਆ ਦਾ ਨਾਮ ਰੋਸ਼ਨ ਕਰ ਜਾਏ ਜੀ ਜੀ ਐਂਡ ਆਈ ਥਿੰਕ ਕਿ ਸਪੋਰਟਸ ਬਹੁਤ ਜ਼ਰੂਰੀ ਹੈ ਆਪਣੀ ਫਿਟਨੈਸ ਲਈ ਵੀ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਕਿ ਰੀਜ਼ਨ ਕਿ ਆਪਾਂ ਸਕੂਲ ਚ ਕਿਉਂ ਸਪੋਰਟਸ ਰੱਖਿਆ ਹੈ ਕੀ ਬੱਚੇ ਮੈਂਟਲੀ ਚਲੋ ਸਟਰੋਂਗ ਹੁੰਦੇ ਨੇ ਪੜਾਈ ਕਰ ਲਈ ਬਟ ਫਿਜ਼ੀਕਲ ਹੈਲਥ ਵੀ ਬਹੁਤ ਜ਼ਰੂਰੀ ਹੈ ਅਸਲੀ ਰੇਟ ਤੇ ਤੁਸੀਂ ਫਿਜ਼ਿਕਲੀ ਹੈਲਦੀ ਹੋ ਤਾਂ ਤੁਸੀਂ ਮੈਂਟਲੀ ਹੈਲਦੀ ਜੀ 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 ਤੇ ਆਈ ਥਿੰਕ სპੋਰਟਸ ਕਰਨਾ ਆਪਣੀ ਲਾਈਫ ਚ ਇਕੁਅਲ ਇੰਪੋਰਟੈਂਟ ਹੈ ਜਿੰਨਾ ਤੁਸੀਂ ਪੜਾਈ ਲਿਖਾਈ ਕਰਦੇ ਬਿਲਕੁਲ ਠੀਕ ਹੈ ਮੈਮ ਥੈਂਕ ਯੂ ਜੀ ਗਿਲ ਮੈਮ ਤੋਂ ਮੈਡਮ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਮਾਂ ਕੱਢਿਆ ਸਾਨੂੰ ਸਮਾਂ ਦਿੱਤਾ ਗੱਲਬਾਤ ਹੋਈ ਬੜਾ ਅੱਛਾ ਲੱਗਿਆ ਬੈਸਟ ਆਫ ਲੱਕ ਮੈਂ ਥੈਂਕ ਯੂ ਸੋ ਮੈਨ ਲਈ ਵੀ ਤੁਸੀਂ ਇਸ ਤੋਂ ਵੀ ਅੱਛੇ ਲੈਵਲ ਦੇ ਟੂਰਨਾਮੈਂਟ ਕਰਵਾਉਂਦੇ ਰਹੋ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ ਤਨਬਾ